ਦਲਿਆਲ ਪਿੰਡ ਦੇ ਵਿੱਚ ਜਿਹੜੀ ਬਲਦ ਨੂੰ ਸੜਕ ਜਾਂਦੀ ਹੈ ਜੀ, ਉੱਥੇ 7 ਵਾਲਾ ਟਰਾਂਸਫਾਰਮ ਵੱਜਦਾ, 100 ਦਾ ਟਰਾਂਸਫਾਰਮ। ਅਸੀਂ ਉਹਦੀ ਸਵਿੱਚ ਕੱਟ ਕੇ ਐਲ ਟੀ ਲਾਈਨ ਦਾ ਮੈਂਟੇਨੈਂਸ ਕਰਨ ਗਏ, ਅਤੇ ਉਸ ਤੋਂ ਬਾਅਦ ਜਦੋਂ ਅਸੀਂ ਕੰਮ ਕਲੀਅਰ ਕਰ ਲਿਆ ਜੀ, ਤਾਂ ਐਲ ਟੀ ਦਾ ਅਸੀਂ ਅਰਥ ਵਗੈਰਾ ਲਾਉਣ ਲੱਗੇ ਜੀ, ਤਾਂ ਉਹਦੇ ਨੀਚੇ ਉਹਦੇ ਜੈਂਪਰ ਨਾਲ ਟੱਚ ਹੋ ਗਿਆ ਜੀ ਧੂੰਈਂ 'ਤੇ। ਅਤੇ ਉਸ ਤੋਂ ਬਾਅਦ ਅਸੀਂ ਜਦੋਂ ਕਰੰਟ ਚੱਲੀ ਗਈ, ਉਹਦੇ ਵਿੱਚ ਨਾਲ ਦੀ ਨਾਲ ਸਾਨੂੰ ਜਨਰੇਟਰ ਦੀ ਆਵਾਜ਼ ਆਈ ਨਾਲ 2-4 ਘਰਾਂ ਦੇ ਅੱਗੇ, ਅਤੇ ਅਸੀਂ ਉਹ ਜਨਰੇਟਰ ਬੰਦ ਕਰਕੇ ਉਹਨੂੰ ਨੀਚੇ ਲਾਇਆ, ਅਤੇ ਉਸ ਤੋਂ ਬਾਅਦ ਅਸੀਂ ਉਹਨੂੰ ਦੀਪਕ ਹੋਸਪਿਟਲ 'ਚ ਲੈ ਕੇ ਆਏ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕੋਲੰਬੀਆ ਰੈਫਰ ਕਰ ਦਿੱਤਾ ਜੀ। ਮੁੰਡੇ ਦਾ ਕੀ ਨਾਮ ਸੀ, ਕਿੰਨੀ ਉਮਰ ਹੈ? ਇਹਨਾਂ ਦਾ ਨਾਮ ਕਮਲਜੀਤ, ਇਹਨਾਂ ਦੀ 27-28 ਸਾਲ ਦੀ ਉਮਰ। ਕੀ ਲੱਗਦਾ ਗਲਤੀ ਕੀ ਦੀ ਉਹ ਘਰ ਵਾਲਿਆਂ ਦੀ ਜਿਹਨਾਂ ਨੇ ਲਾਈਟ ਚਲਾ ਤੀ ਜਨਰੇਟਰ? ਬਿਲਕੁਲ ਗਲਤੀ ਜਨਰੇਟਰ ਦੀ ਹੋਈ। ਡੈਥ ਹੋਈ ਹੈ ਮੇਰੇ ਬ੍ਰਦਰ ਦੀ, ਇਹਨਾਂ ਦੀ 28 ਸਾਲ ਸੀ, ਇਹਨਾਂ ਦੀ ਮੈਰਿਟ ਹੋ ਚੁੱਕੀ ਸੀ, ਅਤੇ ਬਿਜਲੀ ਮਹਿਕਮੇ ਦੇ ਵਿੱਚ ਲੈਂਡਮੈਨ ਦੀ ਪੋਸਟ ਦੀ ਜੋਬ ਕਰ ਰਹੀ ਸੀ। ਟਰਾਂਸਫਾਰਮ ਦੇ ਤਾਰਾਂ ਸੈਟਿੰਗ ਕਰਦੇ ਸਮੇਂ ਇਹਨਾਂ ਦੀ ਡੈਥ ਹੋਈ ਹੈ, ਜਾਣੀ ਕਿ ਕਰੰਟ ਆ ਗਿਆ ਉਹਨਾਂ ਦੇ ਵਿੱਚ। ਇਹਦੇ ਵਿੱਚ ਦੋਸ਼ੀ ਅਸੀਂ ਬਿਜਲੀ ਰੋਡ ਨੂੰ, ਅਤੇ ਇਹ ਜਨਰੇਟਰ ਦਾ ਵੀ ਦੋਸ਼ੀ ਮੰਨ ਲੈਂਦੇ ਵੀ ਜਨਰੇਟਰ ਦਾ ਕਰੰਟ ਆਇਆ ਸੀ, ਇਹਨਾਂ ਨੂੰ ਦੋਵਾਂ ਨੂੰ ਮੰਨ ਲਿਆ ਦੋਸ਼ੀ, ਅਤੇ ਸਾਨੂੰ ਬਣਦਾ ਮੁਆਵਜ਼ਾ ਅਤੇ ਇਹਦੇ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਜਾਵੇ, ਜੋ ਕਿ ਉਹਨਾਂ ਦੀ ਜ਼ਿੰਦਗੀ ਸੌਖੇ ਨਾਲ ਨਹੀਂ ਜਾਵੇ, ਅਸੀਂ ਆਪਣਾ ਮੁਆਵਜ਼ਾ ਮੰਗ। ਪਰਿਵਾਰ 'ਚ ਕੌਣ ਕੌਣ ਉਹਨਾਂ ਦੇ? ਪਰਿਵਾਰ 'ਚ ਉਹਨਾਂ ਦੇ ਇੱਕ ਤਾਂ ਉਹਦੀ ਵਾਈਫ ਹੋ ਗਈ, ਇੱਕ ਲੜਕਾ ਉਹਦਾ 3 ਸਾਲ ਦਾ, ਅਤੇ ਬਾਕੀ ਮੰਮੀ ਡੈਡੀ ਨੇ। ਦਲਿਆਲ ਪਿੰਡ ਦੇ ਵਿੱਚ ਜਿਹੜੀ ਬਲਦ ਨੂੰ ਸੜਕ ਜਾਂਦੀ ਹੈ ਜੀ, ਉੱਥੇ 7 ਵਾਲਾ ਟਰਾਂਸਫਾਰਮ ਵੱਜਦਾ, 100 ਦਾ ਟਰਾਂਸਫਾਰਮ। ਅਸੀਂ ਉਹਦੀ ਸਵਿੱਚ ਕੱਟ ਕੇ ਐਲ ਟੀ ਲਾਈਨ ਦਾ ਮੈਂਟੇਨੈਂਸ ਕਰਨ ਗਏ, ਅਤੇ ਉਸ ਤੋਂ ਬਾਅਦ ਜਦੋਂ ਅਸੀਂ ਕੰਮ ਕਲੀਅਰ ਕਰ ਲਿਆ ਜੀ, ਤਾਂ ਐਲ ਟੀ ਦਾ ਅਸੀਂ ਅਰਥ ਵਗੈਰਾ ਲਾਉਣ ਲੱਗੇ ਜੀ, ਤਾਂ ਉਹਦੇ ਨੀਚੇ ਉਹਦੇ ਜੈਂਪਰ ਨਾਲ ਟੱਚ ਹੋ ਗਿਆ ਜੀ ਧੂੰਈਂ 'ਤੇ। ਅਤੇ ਉਸ ਤੋਂ ਬਾਅਦ ਅਸੀਂ ਜਦੋਂ ਕਰੰਟ ਚੱਲੀ ਗਈ, ਉਹਦੇ ਵਿੱਚ ਨਾਲ ਦੀ ਨਾਲ ਸਾਨੂੰ ਜਨਰੇਟਰ ਦੀ ਆਵਾਜ਼ ਆਈ ਨਾਲ 2-4 ਘਰਾਂ ਦੇ ਅੱਗੇ, ਅਤੇ ਅਸੀਂ ਉਹ ਜਨਰੇਟਰ ਬੰਦ ਕਰਕੇ ਉਹਨੂੰ ਨੀਚੇ ਲਾਇਆ, ਅਤੇ ਉਸ ਤੋਂ ਬਾਅਦ ਅਸੀਂ ਉਹਨੂੰ ਦੀਪਕ ਹੋਸਪਿਟਲ 'ਚ ਲੈ ਕੇ ਆਏ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕੋਲੰਬੀਆ ਰੈਫਰ ਕਰ ਦਿੱਤਾ ਜੀ। ਮੁੰਡੇ ਦਾ ਕੀ ਨਾਮ ਸੀ, ਕਿੰਨੀ ਉਮਰ ਹੈ? ਇਹਨਾਂ ਦਾ ਨਾਮ ਕਮਲਜੀਤ, ਇਹਨਾਂ 27-28 ਸਾਲ ਦੀ ਉਮਰ। ਕੀ ਲੱਗਦਾ ਗਲਤੀ ਕੀ ਦੀ ਉਹ ਘਰ ਵਾਲਿਆਂ ਦੀ ਜਿਹਨਾਂ ਨੇ ਲਾਈਟ ਚਲਾ ਤੀ ਜਨਰੇਟਰ? ਬਿਲਕੁਲ ਗਲਤੀ ਜਨਰੇਟਰ ਦੀ ਹੋਈ। ਡੈਥ ਹੋਈ ਹੈ ਮੇਰੇ ਬ੍ਰਦਰ ਦੀ, ਇਹਨਾਂ ਦੀ 28 ਸਾਲ ਸੀ, ਇਹਨਾਂ ਦੀ ਮੈਰਿਟ ਹੋ ਚੁੱਕੀ ਸੀ, ਅਤੇ ਬਿਜਲੀ ਮਹਿਕਮੇ ਦੇ ਵਿੱਚ ਲੈਂਡਮੈਨ ਦੀ ਪੋਸਟ ਦੀ ਜੋਬ ਕਰ ਰਹੀ ਸੀ। ਟਰਾਂਸਫਾਰਮ ਦੇ ਤਾਰਾਂ ਸੈਟਿੰਗ ਕਰਦੇ ਸਮੇਂ ਇਹਨਾਂ ਦੀ ਡੈਥ ਹੋਈ ਹੈ, ਜਾਣੀ ਕਿ ਕਰੰਟ ਆ ਗਿਆ ਉਹਨਾਂ ਦੇ ਵਿੱਚ। ਇਹਦੇ ਵਿੱਚ ਦੋਸ਼ੀ ਅਸੀਂ ਬਿਜਲੀ ਰੋਡ ਨੂੰ, ਅਤੇ ਇਹ ਜਨਰੇਟਰ ਦਾ ਵੀ ਦੋਸ਼ੀ ਮੰਨ ਲੈਂਦੇ ਵੀ ਜਨਰੇਟਰ ਦਾ ਕਰੰਟ ਆਇਆ ਸੀ, ਇਹਨਾਂ ਨੂੰ ਦੋਵਾਂ ਨੂੰ ਮੰਨ ਲਿਆ ਦੋਸ਼ੀ, ਅਤੇ ਸਾਨੂੰ ਬਣਦਾ ਮੁਆਵਜ਼ਾ ਅਤੇ ਇਹਦੇ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਜਾਵੇ, ਜੋ ਕਿ ਉਹਨਾਂ ਦੀ ਜ਼ਿੰਦਗੀ ਸੌਖੇ ਨਾਲ ਨਹੀਂ ਜਾਵੇ, ਅਸੀਂ ਆਪਣਾ ਮੁਆਵਜ਼ਾ ਮੰਗ। ਪਰਿਵਾਰ 'ਚ ਕੌਣ ਕੌਣ ਉਹਨਾਂ ਦੇ? ਪਰਿਵਾਰ 'ਚ ਉਹਨਾਂ ਦੇ ਇੱਕ ਤਾਂ ਉਹਦੀ ਵਾਈਫ ਹੋ ਗਈ, ਇੱਕ ਲੜਕਾ ਉਹਦਾ 3 ਸਾਲ ਦਾ, ਅਤੇ ਬਾਕੀ ਮੰਮੀ ਡੈਡੀ ਨੇ। ਦਲਿਆਲ ਪਿੰਡ ਦੇ ਵਿੱਚ ਜਿਹੜੀ ਬਲਦ ਨੂੰ ਸੜਕ ਜਾਂਦੀ ਹੈ ਜੀ, ਉੱਥੇ 7 ਵਾਲਾ ਟਰਾਂਸਫਾਰਮ ਵੱਜਦਾ, 100 ਦਾ ਟਰਾਂਸਫਾਰਮ। ਅਸੀਂ ਉਹਦੀ ਸਵਿੱਚ ਕੱਟ ਕੇ ਐਲ ਟੀ ਲਾਈਨ ਦਾ ਮੈਂਟੇਨੈਂਸ ਕਰਨ ਗਏ, ਅਤੇ ਉਸ ਤੋਂ ਬਾਅਦ ਜਦੋਂ ਅਸੀਂ ਕੰਮ ਕਲੀਅਰ ਕਰ ਲਿਆ ਜੀ, ਤਾਂ ਐਲ ਟੀ ਦਾ ਅਸੀਂ ਅਰਥ ਵਗੈਰਾ ਲਾਉਣ ਲੱਗੇ ਜੀ, ਤਾਂ ਉਹਦੇ ਨੀਚੇ ਉਹਦੇ ਜੈਂਪਰ ਨਾਲ ਟੱਚ ਹੋ ਗਿਆ ਜੀ ਧੂੰਈਂ 'ਤੇ। ਅਤੇ ਉਸ ਤੋਂ ਬਾਅਦ ਅਸੀਂ ਜਦੋਂ ਕਰੰਟ ਚੱਲੀ ਗਈ, ਉਹਦੇ ਵਿੱਚ ਨਾਲ ਦੀ ਨਾਲ ਸਾਨੂੰ ਜਨਰੇਟਰ ਦੀ ਆਵਾਜ਼ ਆਈ ਨਾਲ 2-4 ਘਰਾਂ ਦੇ ਅੱਗੇ, ਅਤੇ ਅਸੀਂ ਉਹ ਜਨਰੇਟਰ ਬੰਦ ਕਰਕੇ ਉਹਨੂੰ ਨੀਚੇ ਲਾਇਆ, ਅਤੇ ਉਸ ਤੋਂ ਬਾਅਦ ਅਸੀਂ ਉਹਨੂੰ ਦੀਪਕ ਹੋਸਪਿਟਲ 'ਚ ਲੈ ਕੇ ਆਏ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕੋਲੰਬੀਆ ਰੈਫਰ ਕਰ ਦਿੱਤਾ ਜੀ। ਮੁੰਡੇ ਦਾ ਕੀ ਨਾਮ ਸੀ, ਕਿੰਨੀ ਉਮਰ ਹੈ? ਇਹਨਾਂ ਦਾ ਨਾਮ ਕਮਲਜੀਤ, ਕਮਲਜੀਤ, ਇਹਨਾਂ 27-28 ਸਾਲ ਦੀ ਉਮਰ। ਕੀ ਲੱਗਦਾ ਗਲਤੀ ਕੀ ਦੀ ਉਹ ਘਰ ਵਾਲਿਆਂ ਦੀ ਜਿਹਨਾਂ ਨੇ ਲਾਈਟ ਚਲਾ ਤੀ ਜਨਰੇਟਰ? ਬਿਲਕੁਲ ਗਲਤੀ ਜਨਰੇਟਰ ਦੀ ਹੋਈ। ਡੈਥ ਹੋਈ ਹੈ ਮੇਰੇ ਬ੍ਰਦਰ ਦੀ, ਇਹਨਾਂ ਦੀ 28 ਸਾਲ ਸੀ, ਇਹਨਾਂ ਦੀ ਮੈਰਿਟ ਹੋ ਚੁੱਕੀ ਸੀ, ਅਤੇ ਬਿਜਲੀ ਮਹਿਕਮੇ ਦੇ ਵਿੱਚ ਲੈਂਡਮੈਨ ਦੀ ਪੋਸਟ ਦੀ ਜੋਬ ਕਰ ਰਹੀ ਸੀ। ਟਰਾਂਸਫਾਰਮ ਦੇ ਤਾਰਾਂ ਸੈਟਿੰਗ ਕਰਦੇ ਸਮੇਂ ਇਹਨਾਂ ਦੀ ਡੈਥ ਹੋਈ ਹੈ, ਜਾਣੀ ਕਿ ਕਰੰਟ ਆ ਗਿਆ ਉਹਨਾਂ ਦੇ ਵਿੱਚ। ਇਹਦੇ ਵਿੱਚ ਦੋਸ਼ੀ ਅਸੀਂ ਬਿਜਲੀ ਰੋਡ ਨੂੰ, ਅਤੇ ਇਹ ਜਨਰੇਟਰ ਦਾ ਵੀ ਦੋਸ਼ੀ ਮੰਨ ਲੈਂਦੇ ਵੀ ਜਨਰੇਟਰ ਦਾ ਕਰੰਟ ਆਇਆ ਸੀ, ਇਹਨਾਂ ਨੂੰ ਦੋਵਾਂ ਨੂੰ ਮੰਨ ਲਿਆ ਦੋਸ਼ੀ, ਅਤੇ ਸਾਨੂੰ ਬਣਦਾ ਮੁਆਵਜ਼ਾ ਅਤੇ ਇਹਦੇ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ ਜਾਵੇ, ਜੋ ਕਿ ਉਹਨਾਂ ਦੀ ਜ਼ਿੰਦਗੀ ਸੌਖੇ ਨਾਲ ਨਹੀਂ ਜਾਵੇ, ਅਸੀਂ ਆਪਣਾ ਮੁਆਵਜ਼ਾ ਮੰਗ। ਪਰਿਵਾਰ 'ਚ ਕੌਣ ਕੌਣ ਉਹਨਾਂ ਦੇ? ਪਰਿਵਾਰ 'ਚ ਉਹਨਾਂ ਦੇ ਇੱਕ ਤਾਂ ਉਹਦੀ ਵਾਈਫ ਹੋ ਗਈ, ਇੱਕ ਲੜਕਾ ਉਹਦਾ 3 ਸਾਲ ਦਾ, ਅਤੇ ਬਾਕੀ ਮੰਮੀ ਡੈਡੀ ਨੇ।